ਸਿੱਖ ਭਾਈਚਾਰੇ ਲਈ ਖੁਸ਼ੀ ਦੀ ਵੱਡੀ ਖਬਰ ਸਾਹਮਣੇ ਆਈ ਹੈ। ਸਿੱਖ ਕੈਦੀਆਂ ਦੀ ਰਿਹਾਈ ਦਾ ਸਿਲਸਿਲਾ ਸ਼ੁਰੂ ਹੋ ਚੁੱਕਿਆ ਹੈ। ਬੰਦੀ ਸਿੱਖ ਆਨੰਦ ਸਿੰਘ ਦੀ ਰਿਹਾਈ ਬਾਰੇ ਖੁਸ਼ੀ ਦੀ ਖਬਰ ਸੁਣਾਉਂਦੇ ਹੋਏ ਬੰਦੀ ਸਿੱਖਾਂ ਦੇ ਵਕੀਲ ਕੁਲਵਿੰਦਰ ਕੌਰ ਨੇ ਦੱਸਿਆ ਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਬੰਦੀ ਸਿੱਖ ਆਨੰਦ ਸਿੰਘ ਦੀ ਰਿਹਾਈ ਦੇ ਹੁਕਮ ਦਿੱਤੇ ਗਏ ਨੇ ਅਤੇ ਇੱਕ ਦੋ ਦਿਨਾਂ ਬਾਅਦ ਉਹਨਾਂ ਦੀ ਰਿਹਾਈ ਹੋ ਜਾਵੇਗੀ। ਇਸ ਦੇ ਨਾਲ ਹੀ ਉਹਨਾਂ ਨੇ ਦੱਸਿਆ ਕਿ ਬੰਦੀ ਸਿੱਖ ਸਵੇਗ ਸਿੰਘ ਦੀ ਰਿਹਾਈ ਵੀ ਜਲਦ ਹੋ ਜਾਵੇਗੀ। ਜਿਹੜਾ ਭਾਈ ਆਨੰਦ ਸਿੰਘ ਨੇ ਜਿਹੜੇ ਇਹ 1995 ਤੋਂ ਮਤਲਬ ਕਿ ਬੰਦ ਨੇ, ਤਾਂ ਇਹਨਾਂ ਦੀ 2014 ਦੇ ਵਿੱਚ ਪਹਿਲਾਂ ਅਸੀਂ ਪ੍ਰੀ ਮਚੋਰ ਜਿਹੜੀ ਰਿਲੀਜ਼ ਹੈ ਹਾਈਕੋਰਟ ਦੇ ਵਿੱਚ ਪਾਈ ਸੀਗੀ। ਉਦੋਂ ਉਹਨਾਂ ਨੇ ਹਾਈਕੋਰਟ ਆਰਡਰ ਕਰਦਾ ਕਹਿੰਦਾ ਸੀ ਵੀ ਤੁਸੀਂ ਇਹ ਨੀਚੇ ਵਾਲੀ ਕੋਰਟ ਕੋਲ ਜਾਓ, ਨੀਚੇ ਵਾਲੀ ਕੋਰਟ ਕਰ ਸਕਦੀ ਹੈ। ਬਟ ਉਸ ਟਾਈਮ ਨੀਚੇ ਵਾਲੀ ਕੋਰਟ ਨੇ ਵੀ ਕਹਿਤਾ ਵੀ ਨਹੀਂ, ਹਾਈਕੋਰਟ ਹੀ ਕਰੇਗਾ ਰਿਲੀਜ਼। ਤਾਂ ਫਿਰ ਸਾਨੂੰ ਹਾਈਕੋਰਟ ਜਾਣਾ ਪਿਆ, ਫਿਰ ਅਸੀਂ 14 'ਚ ਪਾ ਕੇ ਫਿਰ 15-16 'ਚ ਫਿਰ ਪਾਉਂਦੇ ਹਾਂ। ਉਸ ਤੋਂ ਬਾਅਦ ਇਹਦੀਆਂ ਜਿਹੜੀਆਂ ਪੁਲਿਸ ਜਿਹੜੀ ਸੀ ਰਿਪੋਰਟ ਸੀ ਉਹ ਜਿਹੜੀ ਸੀ ਨੈਗੇਟਿਵ ਭੇਜ ਦਿੰਦੀ ਸੀ। ਤਾਂ ਫਿਰ ਹੌਲੀ ਹੌਲੀ ਹੁਣ ਜਿਹੜਾ ਸਰਕਾਰ ਦਾ ਰਵੱਈਆ ਥੋੜ੍ਹਾ ਜਿਹਾ ਇਹਨਾਂ ਵੱਲ ਜਿਹੜਾ ਕਿ ਵਧੀਆ ਹੋ ਗਿਆ ਹੈ। ਸੋ ਹੁਣ ਜਿੱਦਾਂ ਇਹਦੀ 29 ਤਰੀਕ ਸੀ, 29 ਤੋਂ ਸਰਕਾਰ ਆ ਕੇ ਕਹਿ ਗਈ ਵੀ ਅਸੀਂ ਇਹਨੂੰ ਖੁਦ ਛੱਡ ਰਹੇ ਹਾਂ। ਸਰਕਾਰ ਦੇ ਜਿਹੜੇ ਬੰਦੇ ਉੱਥੇ ਗਏ ਉਹਨਾਂ ਨੇ ਕਿਹਾ ਵੀ ਅਸੀਂ ਇਹਨੂੰ ਛੱਡ ਰਹੇ ਹਾਂ, ਵੀ ਸਾਨੂੰ ਇੱਕ ਦਿਨ ਦਾ ਟਾਈਮ ਦਿੱਤਾ ਜਾਵੇ। ਫਿਰ ਅਗਲੇ ਦਿਨ ਜੱਜ ਸਾਹਿਬ ਨੇ ਰੱਖ ਲਈ, ਫਿਰ ਅਗਲੇ ਦਿਨ ਉਹ ਲਿਖ ਕੇ ਦੇ ਆਏ ਵੀ ਇਹ ਬੰਦਾ ਜਿਹੜਾ ਵਾ ਸਾਡੇ ਵੱਲੋਂ ਛੱਡ ਦਿੱਤਾ ਜਾਵੇ। 302 ਦਾ ਪਰਚਾ ਸੀਗਾ, ਕੋਈ ਇੱਦਾਂ ਹੀ ਆਮ ਹੀ ਮਰਡਰ ਹੋਇਆ ਸੀਗਾ, ਇਹਦਾ ਫਰੈਂਡ ਸੀਗਾ, ਜਸਟ ਉਹਦੇ ਨਾਲ ਹੀ ਗਿਆ ਸੀਗਾ, ਤਾਂ ਉਹ ਇਹਨੂੰ ਵੀ ਨਾਲ ਹੀ ਪਾ ਲਿਆ ਗਿਆ ਉਸ ਪਰਚੇ ਦੇ ਵਿੱਚ। ਉਸ ਤੋਂ ਬਾਅਦ ਇਹ ਬੁੜੈਲ ਜੇਲ੍ਹ ਰਿਹਾ ਹੈ। ਬੁੜੈਲ ਜੇਲ੍ਹ 'ਚ ਭਾਈ ਜਗਤਾਰ ਸਿੰਘ ਹਵਾਰਾ ਜੀ ਦੇ ਸੰਪਰਕ 'ਚ ਆਇਆ, ਜਦੋਂ ਉਹਨਾਂ ਨੇ ਜੇਲ੍ਹ ਬ੍ਰੇਕ ਕੀਤੀ ਤਾਂ ਉਹ ਕੇਸ ਇਹਦੇ 'ਤੇ ਵੀ ਪੈ ਗਿਆ, ਉਹ ਕੇਸ ਦੇ ਵਿੱਚ ਇਹਨੂੰ ਰੱਖਿਆ ਗਿਆ। ਤਾਂ ਉਹ ਜਿਹੜਾ ਕੇਸ ਸੀਗਾ ਜਿਹੜਾ ਇੱਕ ਨੋਰਮਲ ਮਰਡਰ ਹੋਇਆ ਸੀਗਾ, ਉਹਨੂੰ ਇਹਨਾਂ ਨੇ ਫਿਰ ਪੋਲੀਟੀਕਲ ਇਸ਼ੂ ਦੇ ਵਿੱਚ ਲੈ ਲਿਆ। ਤਾਂ ਉਹਦੇ ਨਾਲ ਹੀ ਇਸੇ ਕੇਸ ਦੇ ਵਿੱਚ ਸੇਮ ਇਹਦੇ ਨਾਲ ਮੁੰਡਾ ਹੈ ਭਾਈ ਸੁਵੇਕ ਸਿੰਘ, ਤਾਂ ਉਹਦੀ ਵੀ ਲਾਈ ਹੋਈ ਆ ਹਾਈਕੋਰਟ ਪ੍ਰੀ। ਇਹ ਸੁਵੇਕ ਸਿੰਘ ਹੈ ਜੀ, ਭਾਈ ਜਿਹੜੇ ਸੁਵੇਕ ਸਿੰਘ ਨੇ ਇਹਨਾਂ ਦੀ ਵੀ, ਹਾਂ ਇਹਨਾਂ ਦੀ ਰਿਹਾਈ ਦੀ ਵੀ ਪਾਈ ਹੋਈ ਆ। ਵੀ ਕੇ ਜਿੰਦਲ ਸਾਹਿਬ ਉੱਥੇ ਐਡਵੋਕੇਟ ਨੇ, ਤਾਂ ਉਹਨਾਂ ਵੱਲੋਂ ਲਗਾਈ ਗਈ ਆ। ਅਜੇ ਇਹਦੀ ਡੇਟ ਨਹੀਂ ਆਈ, ਮੇ ਬੀ ਕਿ ਜਦੋਂ ਇਹਦੀ ਡੇਟ ਆਏਗੀ ਤਾਂ ਸਰਕਾਰ ਉਹਦੇ 'ਤੇ ਵੀ ਆ ਕੇ ਇਹੀ ਕਹਿ ਜਾਵੇਗੀ ਕਿ ਇਹਨੂੰ ਵੀ ਛੱਡਿਆ ਜਾਵੇ, ਕਿਉਂਕਿ ਸੇਮ ਟ੍ਰਾਇਲ ਸੇਮ ਕੇਸ ਦੇ ਵਿੱਚ ਦੋਨੋਂ ਨੇ। ਤਾਂ ਸੋ ਇਹਨੇ ਮਤਲਬ ਕਿ 24-25 ਸਾਲ ਜਿਹੜੇ ਆ ਭਾਈ ਆਨੰਦ ਸਿੰਘ ਨੇ ਕੱਟ ਲਏ ਹੋਏ ਨੇ ਅੰਦਰ। ਬੰਦੀ ਸਿੰਘਾਂ ਦੀ ਰਿਹਾਈ ਹੋਣੀ ਸ਼ੁਰੂ ਹੋ ਗਈ ਹੈ ਅਤੇ ਸਿੱਖ ਸੰਗਤਾਂ 'ਚ ਖੁਸ਼ੀ ਦੀ ਲਹਿਰ ਹੈ। ਸਿੱਖ ਕੈਦੀਆਂ ਦੇ ਵਕੀਲ ਦੇ ਦੱਸਣ ਮੁਤਾਬਕ 20 ਹੋਰ ਬੰਦੀ ਸਿੱਖਾਂ ਦੀ ਰਿਹਾਈ ਦਾ ਮਾਮਲਾ ਵੀ ਚਰਚਾ ਅਧੀਨ ਹੈ। ਚੰਡੀਗੜ੍ਹ ਤੋਂ ਦਰਸ਼ਨ ਸਿੰਘ ਖੋਖਰ ਦੀ ਰਿਪੋਰਟ, D5 ਚੈਨਲ, ਪੰਜਾਬੀ।